ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਫਿਰ ਆਵੋ ਨਰਕ ਦੇ ਮਾੜੇ ਹਾਲਾਤ। ਬਰਸਾਤ ਆਉਣ ਤੇ ਦਰਿਆ ਦਾ ਰੂਪ ਲੈਂਦਾ ਹੈ ਤਾਰ। ਪ੍ਰਸ਼ਾਸਨ ਅਤੇ ਡੇਰਾਵੋ ਨਾਨਕ ਦੇ ਸਿਆਸੀ ਵਾਲੀ ਵਾਰਸ ਲਾਪਤਾ, ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਆਲਟੋ ਨਿਊਜ਼ ਦਾ ਐਪ ਵੀ ਗੂਗਲ ਪਲੇ ਸਟੋਰ ਦੇ ਉੱਤੇ ਆ ਚੁੱਕਾ ਹੈ, ਜਿਸ ਨੂੰ ਡਾਊਨਲੋਡ ਕਰਕੇ ਤੁਸੀਂ ਇਸ ਦੇ ਅੰਦਰ ਹੀ ਖਬਰਾਂ ਤੇ ਵੀਡੀਓ ਦੇਖ ਸਕਦੇ ਹੋ। ਅਸੀਂ ਤੁਹਾਨੂੰ ਡੇਰਾਵੋ ਨਾਨਕ ਦੇ ਹਸਪਤਾਲ ਦੇ ਨਜ਼ਦੀਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਕਿ ਇਹ ਉਹੀ ਡੇਰਾਵੋ ਨਾਨਕ ਹੈ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਕਿਹਾ ਜਾਂਦਾ ਹੈ, ਜਿੱਥੇ ਕਰਤਾਰਪੁਰ ਕੋਰੀਡੋਰ ਹੈ, ਜਿੱਥੋਂ ਹਜ਼ਾਰਾਂ ਸ਼ਰਧਾਲੂ ਰੋਜ਼ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਂਦੇ ਹਨ, ਜਿੱਥੇ ਸ਼ਹਿਰ ਨੂੰ ਹੈਰੀਟੇਜ ਲੁੱਕ ਦੇਣ ਲਈ ਕੋਰੀਡੋਰ ਹੈਰੀਟੇਜ ਦਾ ਪ੍ਰੋਜੈਕਟ ਚਲਾ ਕੇ ਕਰੋੜਾਂ ਰੁਪਏ ਸਰਕਾਰ ਖਰਚ ਕਰ ਰਹੀ ਹੈ। ਸਭ ਤੋਂ ਵੱਡੀ ਗੱਲ ਕਿ ਡੇਰਾਵੋ ਨਾਨਕ ਦੀ ਮਿਊਂਸਪਲ ਕਮੇਟੀ ਸਭ ਤੋਂ ਪੁਰਾਣੀ ਹੈ ਤੇ ਵਿਕਾਸ ਦਾ ਨਮੂਨਾ ਤੇ ਤੁਸੀਂ ਦੇਖ ਹੀ ਰਹੇ ਹੋ। ਜੇ ਗੱਲ ਕਰੀਏ ਹੈਰੀਟੇਜ ਪ੍ਰੋਜੈਕਟ ਦੀ ਤਾਂ ਵੈਸੇ ਤਾਂ ਉਹ ਇੰਨਾ ਆਹਿਸਤਾ ਚੱਲ ਰਿਹਾ ਕਿ ਸ਼ਾਇਦ ਹੀ ਉਹ ਪੂਰਾ ਹੋ ਸਕੇ। ਜੇ ਪੂਰਾ ਹੋ ਵੀ ਜਾਂਦਾ ਤਾਂ ਕੀ ਇਹ ਹਾਲਾਤ ਜੋ ਤੁਸੀਂ ਦੇਖ ਰਹੇ ਹੋ ਬਾਰਸ਼ 'ਚ ਡੇਰਾ ਬਾਬਾ ਨਾਨਕ ਦੇ ਹੋ ਜਾਂਦੇ ਨੇ? ਕੀ ਉਹ ਡੇਰਾ ਬਾਬਾ ਨਾਨਕ ਨੂੰ ਹੈਰੀਟੇਜ ਦੇਖ ਦੇ ਪਾਏਗਾ? ਭਾਵੇਂ ਬਹੁਤ ਸਾਰੀਆਂ ਖਬਰਾਂ ਇਸ ਬਰਸਾਤ ਕਾਰਨ ਪਾਣੀ ਦੇ ਵਿੱਚ ਡੁੱਬੇ ਤੇ ਮੰਦ ਹਾਲ ਇਸ ਧਾਰਮਿਕ ਸਥਾਨ ਡੇਰਾ ਬਾਬਾ ਨਾਨਕ ਦੀਆਂ ਤੁਸੀਂ ਦੇਖ ਚੁੱਕੇ ਹੋ। ਪ੍ਰਸ਼ਾਸਨ ਤੇ ਡੇਰਾ ਬਾਬਾ ਨਾਨਕ ਦੇ ਸਿਆਸੀ ਵਾਲੀ ਵਾਰਸਾਂ ਤੇ ਜਿੰਨੇ ਮਰਜ਼ੀ ਸਵਾਲੀਆ ਨਿਸ਼ਾਨ ਕਿਉਂ ਨਾ ਖੜੇ ਹੋ ਜਾਣ, ਪਰ ਕਿਸੇ ਤੇ ਵੀ ਕੋਈ ਵੀ ਅਸਰ ਨਜ਼ਰ ਨਹੀਂ ਆ ਰਿਹਾ। ਬੜੇ ਲੰਬੇ ਸਮੇਂ ਤੋਂ ਡੇਰਾ ਬਾਬਾ ਨਾਨਕ ਦੇ ਲੋਕ ਪਾਣੀ ਖੜੇ ਹੋਣ ਦੀਆਂ ਔਕੜਾਂ ਨੂੰ ਸਹਿਣ ਕਰ ਰਹੇ ਨੇ ਤੇ ਹੁਣ ਮਜਬੂਰ ਨੇ ਇਹ ਕਹਿਣ ਤੇ ਕਿ ਪ੍ਰਸ਼ਾਸਨ ਤੇ ਡੇਰਾਵੋ ਨਾਨਕ ਦੇ ਸਿਆਸੀ ਵਾਲੀ ਵਾਰਸ ਲਾਪਤਾ ਨੇ। ਤੁਸੀਂ ਵੀ ਦੇਖੋ ਡੇਰਾਵੋ ਨਾਨਕ ਵਾਸੀਆਂ ਦਾ ਕੀ ਹੈ ਕਹਿਣਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਨਾਨਕ ਬਾਜ਼ਾਰ ਦੇ ਵਿੱਚ ਜਿਹੜੇ ਲਗਾਤਾਰ ਪਾਣੀ ਖੜਾ ਹੋ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਅਨਿਲ ਕੁਮਾਰ, ਬਾਜ਼ਾਰ ਉਹਦੇ ਚੰਦ ਸਾਡਾ ਬਹੁਤ ਮਾੜਾ ਹਾਲ ਹੈ। ਬਾਜ਼ਾਰ ਦਾ ਪਾਣੀ ਬਹੁਤ ਖਲੋਂਦਾ ਹੈ ਔਰ ਬਾਰਿਸ਼ ਸਵੇਰ ਤੋਂ ਹੋ ਰਹੀ ਹੈ ਲਗਾਤਾਰ, ਅਤੇ ਪਾਣੀ ਅਸੀਂ 3-4 ਵਾਰੀ ਬਾਜ਼ਾਰ 'ਚੋਂ ਆਪ ਝਾੜੂ ਮਾਰ ਕੇ ਕੱਢਿਆ, ਕੋਈ ਇੱਥੇ ਪ੍ਰਬੰਧ ਨਹੀਂ ਹੈਗਾ। ਪਰਸੋਂ ਵੀ ਮੁਲਾਜ਼ਮ ਆਏ ਸੀ ਅਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਸਾਰੀ ਗਾਰ ਵਗੈਰਾ ਕੱਢੋ ਨਾਲੀਆਂ 'ਚੋਂ, ਕਿਸੇ ਨੇ ਨਹੀਂ ਕੱਢੀ ਹੈਗੀ। ਅਤੇ ਬਾਜ਼ਾਰ ਦਾ ਬਹੁਤ ਹੀ ਮਾੜਾ ਹਾਲ ਹੈ। ਅਸੀਂ ਤੁਹਾਡੇ ਚੈਨਲ ਥਰੂ ਭਗਵੰਤ ਮਾਨ ਜੀ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਵੀ ਸਾਡੇ ਬਾਜ਼ਾਰ ਦੀ ਕੋਈ ਸੁਣਵਾਈ ਹੋਵੇ ਅਤੇ ਛੇਤੀ ਤੋਂ ਛੇਤੀ ਸਾਡਾ ਬਾਜ਼ਾਰ ਬਣਾਇਆ ਜਾਵੇ। ਬਾਜ਼ਾਰ ਦਾ ਤੁਸੀਂ ਆਪ ਹੀ ਝਾਤੀ ਮਾਰ ਲਓ, ਬਹੁਤ ਹੀ ਬੁਰਾ ਹਾਲ। ਇਹ ਜਿਹੜਾ ਹੈਰੀਟੇਜ ਦੇ ਕਰੋੜਾਂ ਰੁਪਏ ਸਰਕਾਰ ਖਰਚ ਰਹੀ ਹੈ, ਕੀ ਤੁਸੀਂ ਇਹਦੇ ਬਾਰੇ ਕਹਿਣਾ ਚਾਹੋਗੇ ਕਿ ਇਹ ਦੇਖ ਉਹੋ ਜਿਹੀ ਦੇ ਪਾਏਗੀ? ਦੇਖੋ ਜੀ, 2-3 ਸਾਲ ਹੋ ਗਏ ਨੇ ਬਾਜ਼ਾਰ ਬੰਦੇ ਨੂੰ, ਲੇਕਿਨ ਬਾਜ਼ਾਰ ਦੀ ਅਜੇ ਕੋਈ ਇਹੋ ਜਿਹੀ ਸਿਚੁਏਸ਼ਨ ਪੂਰੀ ਨਜ਼ਰ ਨਹੀਂ ਆ ਰਹੀ ਕਿ ਇੰਨੇ ਲੱਖਾਂ ਰੁਪਏ ਲੱਗ ਕੇ ਵੀ ਇਹ ਬਣ ਵੀ ਪਾਏਗਾ ਕਿ ਨਹੀਂ ਬਣੇਗਾ, ਔਰ ਇਹਦੀ ਦੇਖ ਕਿਸ ਤਰ੍ਹਾਂ ਦੀ ਨਜ਼ਰ ਆਏਗੀ, ਅਜੇ ਤੱਕ ਕੋਈ ਇਹਦਾ ਭਰੋਸਾ ਨਹੀਂ ਹੈਗਾ। ਨਹੀਂ, ਬਰਸਾਤ ਦੇ ਵਿੱਚ ਜਿਵੇਂ ਡੇਰਾ ਬਾਬਾ ਨਾਨਕ ਡੁੱਬਿਆ ਤਾ, ਹਾਂਜੀ, ਉਹਦੀ ਦੁੱਖ ਦੇਖ ਜਿਹੜੀ ਹੈ ਉਹ ਕਿਵੇਂ ਦਿਖਾਈ ਦੇਵੇਗੀ ਸੰਤਾਂ ਨੂੰ? ਜਿਹੜਾ ਬਾਜ਼ਾਰ ਹੀ ਡੁੱਬਿਆ ਤਾਂ ਬਾਜ਼ਾਰ ਦੇ ਵਿੱਚ ਤਾਂ ਆਉਣ ਨੂੰ ਦਿਲ ਹੀ ਨਹੀਂ ਕਰਦਾ। ਪਹਿਲੀ ਗੱਲ ਤਾਂ ਤੁਸੀਂ ਆਪ ਹੀ ਦੇਖ ਲਓ ਕਿ ਬਾਜ਼ਾਰ 'ਚ ਪਾਣੀ ਉਹ ਇੰਨਾ ਗਾ ਵੀ ਬਾਜ਼ਾਰ ਦੇ ਵਿੱਚ ਤਾਂ ਮੋਟਰਸਾਈਕਲ ਜਾਂ ਕਾਰ ਨਹੀਂ ਆਉਂਦੀ ਅਤੇ ਉਸ ਤਰ੍ਹਾਂ ਪੈਦਲ ਯਾਤਰੀ ਤਾਂ ਕੋਈ ਬਹੁਤ ਮੁਸ਼ਕਲ ਹੈ ਉਹਨਾਂ ਵਾਸਤੇ। ਹਾਂਜੀ, ਸਭ ਤੋਂ ਪਹਿਲਾਂ ਆਲਟੂ ਜਿਹੜਾ ਹੈਗਾ ਤੁਹਾਡਾ ਚੈਨਲ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਇੰਨੀ ਤੇਜ਼ ਬਾਰਿਸ਼ ਦੇ ਵਿੱਚ ਵੀ ਸਾਡੇ ਵਿਊ ਲੈਣ ਪਹੁੰਚੇ ਨੇ। ਸੋ ਇਹਨਾਂ ਦਾ ਆਪਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਤੁਸੀਂ ਗੱਲ ਕੀਤੀ ਹੈ ਸਰ ਹੈਰੀਟੇਜ ਦੀ, ਇਹ ਸਿਰਫ ਇੱਕ ਨਾਂ ਦਾ ਹੀ ਹੈਰੀਟੇਜ ਆ, ਇਹਦੇ ਵਿੱਚ ਹੈਰੀਟੇਜ ਦੇ ਨਾਂ ਦੀ ਕੋਈ ਗੱਲਬਾਤ ਨਹੀਂ ਮਤਲਬ ਨਜ਼ਰ ਆ ਰਹੀ। ਸਭ ਤੋਂ ਪਹਿਲਾਂ ਜਿਹੜਾ ਹੈਰੀਟੇਜ ਡਿਪਾਰਟਮੈਂਟ ਹੈਗਾ, ਇਹ ਪੰਜਾਬ ਗੌਰਮੈਂਟ ਦਾ ਇੱਕ ਅਦਾਰਾ ਵਾ, ਸਭ ਤੋਂ ਪਹਿਲਾਂ ਇਹਨਾਂ ਨੂੰ ਚਾਹੀਦਾ ਸੀ ਕਿ ਜਿਹੜਾ ਮੇਨ ਬਾਜ਼ਾਰ ਦਾ ਲੈਵਲ ਹੈ ਉਸ ਲੈਵਲ ਨੂੰ ਅਤੇ ਜਿਹੜੇ ਦੂਸਰੇ ਬਾਜ਼ਾਰ ਨਾਲ ਲੱਗਦੇ ਨੇ ਉਹਨਾਂ ਦਾ ਲੈਵਲ ਜਿਹੜਾ ਵਾ ਉਹ ਦੇਖ ਕੇ ਕੰਮ ਦੀ ਸ਼ੁਰੂਆਤ ਕੀਤੀ ਜਾਏ। ਹੁਣ ਇੰਨੇ ਲੱਖਾਂ ਰੁਪਈਏ ਕਰੋੜਾਂ ਰੁਪਏ ਇਹਦਾ ਕੋਈ ਫਾਇਦਾ ਨਹੀਂ ਹੈਗਾ। ਜਦੋਂ ਹੈਰੀਟੇਜ ਆਪਾਂ ਬਣ ਕੇ ਕੰਪਲੀਟ ਹੋ ਜਾਏਗਾ ਉਹ ਜਦੋਂ ਬਾਜ਼ਾਰ ਹੀ ਡੁੱਬਿਆ ਹੋਏਗਾ ਅਤੇ ਹੈਰੀਟੇਜ ਮਤਲਬ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਕਿ ਹੈਰੀਟੇਜ ਆ? ਆਹ ਤੁਸੀਂ ਦੇਖ ਸਕਦੇ ਹੋ ਹੁਣ ਥੋੜ੍ਹੀ ਬਰਸਾਤ ਘਟੀ ਆ, ਇੱਥੇ ਇੰਨਾ ਬੁਰਾ ਹਾਲ ਸੀ ਬਾਜ਼ਾਰਾਂ ਦੇ ਵਿੱਚ ਜਿਹੜਾ ਇੰਨਾ ਪਾਣੀ ਸੀਗਾ, ਜੇ ਕੋਈ ਮੋਟਰਸਾਈਕਲ ਲੰਘ ਜਾਂਦਾ ਇੰਨੀਆਂ ਉੱਚੀਆਂ ਦੁਕਾਨਾਂ ਨੇ,
फिर भी उहदे बावजूद भी जिहड़ा पानी आ उह दुकानां दे अंदर वेखो जा के एक एक फुट पानी होया। हालांकि साढ़े देखो दुकान आ बजाजी दी बहुत बुरा हाल है, इहनां दा सारिआं दुकानदारां दा ही बुरा हाल आ। ਤੇ ਇਹੋ ਜਿਹੀ ਬਰਸਾਤ ਦੇ ਵਿੱਚ ਜਿਹੜਾ ਕਸਟਮਰ ਆ ਉਹ ਕਿੱਦਾਂ ਆਏਗਾ? ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਵਾ ਕਿ ਇਹ ਜਾਂ ਤਾਂ ਫਿਰ ਕੋਈ ਬੋਟ ਲੈਣਗੇ, ਬੇੜੀ ਲੈਣਗੇ ਡੇਰਾ ਬਾਬਾ ਨਾਨਕ ਆਉਣ ਲਈ ਸ਼ੋਪਿੰਗ ਕਰਨ ਵਾਸਤੇ, ਫਿਰ ਹੀ ਆ ਸਕਦੇ ਨੇ ਕਿਉਂਕਿ ਪਿੰਡ ਪੈਂਦੇ ਨੇ। ਇਸ ਕਰਕੇ ਪੰਜਾਬ ਸਰਕਾਰ ਨੂੰ, ਭਗਵੰਤ ਮਾਨ ਸਾਹਿਬ ਨੂੰ ਆਪਾਂ ਰਿਕੁਐਸਟ ਕਰਦੇ ਹਾਂ ਕਿ ਡੇਰਾ ਬਾਬਾ ਨਾਨਕ ਇੱਕ ਬਹੁਤ ਪਵਿੱਤਰ ਅਤੇ ਬੜਾ ਵੱਡਾ ਨਾਮ ਆ, ਆ ਪੂਰੀ ਦੁਨੀਆ ਦੇ ਵਿੱਚ ਇਹਨੂੰ ਜਾਣਿਆ ਜਾਂਦਾ। ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਜਿਹੜੀ ਇਹ ਧਰਤੀ ਹੈ, ਇਸ ਕਰਕੇ ਭਗਵੰਤ ਮਾਨ ਸਾਹਿਬ ਨੂੰ, ਪੂਰੀ ਪੰਜਾਬ ਸਰਕਾਰ ਨੂੰ ਆਪਾਂ ਇਹ ਰਿਕੁਐਸਟ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਚਲੋ ਹੜ੍ਹ ਵੀ ਆਏ ਨੇ ਉੱਧਰ ਵੀ ਦੇਖਣਾ ਪੈਂਦਾ, ਲੇਕਿਨ ਉਸ ਤੋਂ ਬਾਅਦ ਤੁਸੀਂ ਇਹ ਡੇਰਾ ਬਾਬਾ ਨਾਨਕ ਵੱਲ ਜਿਹੜਾ ਖਾਸ ਤੌਰ 'ਤੇ ਧਿਆਨ ਦਿਓ। ਇਕੱਲਾ ਜਿਹੜੇ ਤੁਹਾਡੇ ਤੂਫਾਨੀ ਫੇਰੇ ਨੇ, ਤੂਫਾਨੀ ਦੌਰੇ ਨੇ, ਉਹ ਆਉਣਾ ਕਰਕੇ ਚਲ ਜਾਣਾ, ਉਹਦੇ ਨਾਲ ਗੱਲ ਨਹੀਂ ਬਣਦੀ। ਗਰਾਊਂਡ ਲੈਵਲ 'ਤੇ ਵੀ ਇਹਨੂੰ ਜਿਹੜਾ ਨਾ ਡਾਊਨ ਟੂ ਅਰਥ ਹੋ ਕੇ ਵੇਖੋ, ਬਹੁਤ ਮਾੜਾ ਹਾਲ ਆ ਡੇਰਾ ਬਾਬਾ ਨਾਨਕ ਦਾ। ਜੇ ਕਸਟਮਰ ਨਹੀਂ ਆਏਗਾ ਤਾਂ ਕਿੱਦਾਂ ਰੋਟੀ ਖਾਣਗੇ ਦੁਕਾਨਦਾਰ ਅਤੇ ਵਿਚਾਰੇ? ਅੱਗੇ ਪਹਿਲਾਂ ਕੋਵਿਡ ਦੀ ਜਿਹੜੀ ਮਾਰ ਪਈ, ਫਿਰ ਕੋਈ ਨਾ ਕੋਈ ਕਦੀ ਲੜਾਈ ਦਾ ਕੋਈ, ਮਤਲਬ ਡੇਰਾ ਬਾਬਾ ਨਾਨਕ ਦੇ ਸ਼ੁਰੂ ਤੋਂ ਇਹਨਾਂ ਚੀਜ਼ਾਂ ਦਾ ਹੀ ਸੰਤਾਪ ਚੱਲਦਾ ਆ ਰਿਹਾ ਹੈ। ਸੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪਾਂ ਇਹੋ ਹੀ ਭਗਵੰਤ ਮਾਨ ਸਾਹਿਬ ਨੂੰ ਕਹਾਂਗੇ ਕਿ ਲੋਕਾਂ ਨੇ 92 ਜਿਤਾ ਕੇ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ ਵਾ, ਔਰ 92 ਦਾ ਜਿਹੜਾ ਨਾ ਇਹ ਤੁਸੀਂ ਮਾਣ ਵੀ ਰੱਖੋ। ਬਾਰਿਸ਼ ਦਾ ਪਾਣੀ ਕੀ ਹੈ ਜੀ, ਅਸੀਂ ਇਸ ਵੇਲੇ ਚੌਂਕ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਵਿੱਚ ਹੈ। ਇੱਥੋਂ ਦਰਬਾਰ ਸਾਹਿਬ ਤੋਂ ਲੈ ਕੇ ਮਿਊਂਸਪੈਲਿਟੀ ਦਫ਼ਤਰ ਤੱਕ ਪਾਣੀ ਬਹੁਤ ਇਕੱਠਾ ਹੁੰਦਾ, ਜਦੋਂ ਥੋੜ੍ਹਾ ਜਿਹਾ ਵੀ ਪਾਣੀ ਪੈ ਜਾਂਦਾ। ਕੁਛ ਤਾਂ ਆਪਾਂ ਸਮਝਦੇ ਹਾਂ ਕਿ ਪਲਾਸਟਿਕ ਦਾ ਲਿਫਾਫਾ, ਪਲਾਸਟਿਕ ਦੇ ਜਿਹੜੇ ਵੇਸਟੇਜ ਬੋਤਲ ਵਗੈਰਾ, ਉਹਨਾਂ ਕਰਕੇ ਵੀ ਪਾਣੀ ਦਾ ਡੱਕਾ ਲੱਗਦਾ ਵਾ। ਪਰ ਇਹ ਹੈ ਵੀ ਨਾਲ ਨਾਲ ਇਹਦੀ ਸਫਾਈ ਵੀ ਹੁੰਦੀ ਜਾਵੇ ਤਾਂ ਫਿਰ ਇੰਨਾ ਡੱਕਾ ਨਹੀਂ ਲੱਗਦਾ ਪਾਣੀ ਦਾ। ਜਦਕਿ ਵੀ ਜਿਹੜੇ ਸਫਾਈ ਸੇਵਕ ਨੇ ਉਹਨਾਂ ਦਾ ਫਰਜ਼ ਬਣਦਾ ਵੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ ਤਾਂ ਫਿਰ ਪਾਣੀ ਦਾ ਡੱਕਾ ਜਿਹੜਾ ਇਹ ਘੱਟ ਲੱਗਦਾ ਜੀ। ਹੈਰੀਟੇਜ ਬਾਰੇ, ਜਿਹੜੀ ਹੈਰੀਟੇਜ ਸਟਰੀਟ ਲਾਈਟ ਜਿਹੜੀ ਸਟਾਰਟ ਹੋਈ ਸੀਗੀ ਜੀ, ਉਹਦਾ ਕੀ ਹੈ ਵੀ ਉਹ ਕੰਮ ਤਾਂ ਚੱਲ ਰਿਹਾ ਪਰ ਬਹੁਤ ਸਲੋ ਮੋਸ਼ਨ ਦੇ ਵਿੱਚ ਚੱਲ ਰਿਹਾ, ਨੰਬਰ ਇੱਕ। ਨੰਬਰ ਦੋ ਕੀ ਹੈ ਜੀ, ਇਹ ਜਦੋਂ ਹੈਰੀਟੇਜ ਸਟਰੀਟ ਲਾਈਟ ਦੇ ਜਿਹੜੇ ਨਕਸ਼ੇ ਸ਼ਹਿਰ ਲੋਕ ਨਿਵਾਸੀਆਂ ਨੂੰ ਵਿਖਾਏ ਗਏ ਸੀਗੇ, ਇਹ ਮਹਾਰਾਜਾ ਰਣਜੀਤ ਸਿੰਘ ਚੌਂਕ ਤੋਂ ਲੈ ਕੇ ਹੋਸਪਿਟਲ ਵਿੱਚ ਮਿਊਂਸਪੈਲਿਟੀ ਦਫ਼ਤਰ ਤੱਕ ਜਿਹੜਾ ਵਾ ਨਕਸ਼ਾ ਇਹਦਾ ਪਾਸ ਕਰਕੇ ਦਿਖਾਇਆ ਗਿਆ ਸੀ। ਪਰ ਹੁਣ ਜਿਹੜੇ ਇਹਨਾਂ ਦੇ ਠੇਕੇਦਾਰ ਨੇ ਉਹ ਕਹਿ ਰਹੇ ਨੇ ਵੀ ਇਹ ਮਹਾਰਾਜਾ ਰਣਜੀਤ ਸਿੰਘ ਚੌਂਕ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਤੱਕ ਹੀ ਬਣਨਾ ਹੈ। ਜਿਹੋ ਜਿਹੇ ਪ੍ਰਸਾਦ ਕਰਕੇ ਡੇਰਾ ਬਾਬਾ ਨਾਨਕ ਦੇ ਹਾਲਾਤ ਬਣੇ ਦੇ ਨੇ, ਉਹਦੇ ਮੁਤਾਬਕ ਜਿਹੜੀ ਹੈਰੀਟੇਜ ਦੀ ਉੱਤੇ ਕਰੋੜਾਂ ਰੁਪਏ ਸਰਕਾਰ ਖਰਚ ਰਹੇਗੀ, ਕੀ ਉਹਦੀ ਦੇਖ ਬਰਕਰਾਰ ਰਹੇਗੀ? ਜਾਂ ਜੋ ਇਸ ਵੇਲੇ ਹਾਲਾਤ ਨੇ ਡੇਰਾ ਬਾਬਾ ਨਾਨਕ ਦੇ, ਉਹ ਦੇਖ ਕਿਤੇ ਗੁੰਮ ਹੋ ਜਾਏਗੀ? ਬਿਲਕੁਲ ਜੀ, ਇਹ ਤਾਂ ਸਾਫ ਜ਼ਾਹਿਰ ਹੈ ਕਿ ਆਪਾਂ ਆਪਣੀ ਇੱਕ ਇਗਜ਼ੈਂਪਲ ਆ ਵੀ ਆਪਾਂ ਇੱਕ ਮਕਾਨ ਬਣਾਉਂਦੇ ਹਾਂ, ਜੇ ਉਹਦੀ ਛੱਤ ਨੂੰ ਆਪਾਂ ਮੇਨਟੇਨ ਕਰ ਲੈਂਦੇ ਹਾਂ ਅਤੇ ਥੱਲੇ ਉਹਦਾ ਫਰਸ਼ ਹੀ ਨਹੀਂ ਮੇਨਟੇਨ, ਅਤੇ ਉਹ ਤਾਂ ਦੇਖਣ ਨੂੰ ਸਾਰਿਆਂ ਨੂੰ ਲੱਗੇਗਾ ਵੀ ਇਹ ਕੀ ਬਣਾਇਆ ਵਾ। ਇਸ ਕਰਕੇ ਉਹ ਜਿਹੜੀ ਹੈਰੀਟੇਜ ਉੱਪਰੋਂ ਬਣ ਜਾਣੀ ਹੈ, ਬਾਜ਼ਾਰ ਦੀ ਕੋਈ ਸਫਾਈ ਨਹੀਂ ਹੋਏਗੀ, ਬਾਜ਼ਾਰ ਦਾ ਕੋਈ ਪੱਧਰਾ ਨਹੀਂ ਕੰਮ ਹੋਏਗਾ, ਅਤੇ ਉਨੀ ਦੇਖਣ ਨੂੰ ਵੇਖਣ ਵਾਲਿਆਂ 'ਤੇ ਇਹੋ ਹੀ ਕਹਿਣਾ ਵੀ ਇਹ ਕੁਛ ਵੀ ਨਹੀਂ ਬਣਿਆ ਜੀ। ਇਸ ਕਰਕੇ ਕੀ ਆ ਵੀ ਬਾਜ਼ਾਰ ਬਣਨਾ ਬਹੁਤ ਜ਼ਰੂਰੀ ਹੈ। ਦੇਖੋ ਜੀ, ਉਹ ਉਹਨਾਂ ਨੂੰ ਸਮੱਸਿਆ ਆਉਂਦੀ ਆ, ਉਹ ਜਿਹਦੇ ਕੋਲ ਤਾਂ ਗੱਡੀ ਹੋਵੇ ਉਹ ਗੱਡੀ 'ਚ ਅੰਦਰ ਚਲੇ ਜਾਂਦਾ ਵਾ, ਅਤੇ ਕਈ ਲੋਕ ਜਿਹੜੇ ਆ ਪੈਦਲ ਜਾਣ ਵਾਲੇ, ਉਹਨਾਂ ਵਾਸਤੇ ਤਾਂ ਦੋ ਦੋ ਤਿੰਨ ਤਿੰਨ ਚਾਰ ਚਾਰ ਘੰਟੇ ਇੱਥੇ ਉਹਨਾਂ ਨੂੰ ਬਾਹਰ ਹੀ ਖੜ੍ਹੇ ਰਹਿਣਾ ਪੈਂਦਾ ਵੀ ਪਾਣੀ ਕਿਸੇ ਪਾਸੇ ਲੱਗ ਜਾਵੇ ਅਤੇ ਆਪਾਂ ਹੋਸਪਿਟਲ ਦੇ ਅੰਦਰ ਜਾ ਕੇ ਆਪਣੀ ਰਿਪੋਰਟ ਜਿਹੜੀ ਹੈ ਟੈਸਟ ਕਰਵਾ ਸਕੀਏ।